दिवाली व करवा चौथ को लेकर बाजारों में रौनक लौटनी शुरू हो गई है। वहीं सुहागिनों के पर्व करवा चौथ के चलते महिलाओं में शॉपिंग को लेकर काफी क्रेज देखने को मिल रहा है, जिसके चलते जालंधर के रैनक बाजार स्थित फैंसी कलेक्शन बुटीक दुकान में महिलाओं के सूट्स पर काफी छूट दी जा रही है, जिस कारण फैंसी कलेक्शन में ग्राहकों की भीड़ लगी हुई है। दूर दूर से ग्राहक यहां पर सूट्स की खरीदारी करने आ रहे हैं। इस मौके पर गुरदासपुर से विशेष तौर पर यहां पर खरीदारी करने पहुंचे एक परिवार ने बताया कि उन्होंने YouTube के माध्यम से इस दुकान के बारे में देखा था कि यहां पर बहुत ही कम दामों पर अच्छी क्वालिटी के सूट्स मिलते हैं, जिस कारण वे यहां पर खरीदारी करने आए हैं और उन्हें काफी अच्छे सूट्स सस्ते दामों पर मिल रहे हैं। जालंधर से कैमरामैन सुदेश भगत के साथ कुश चावला की विशेष रिपोर्ट। देखो जी, सानू जो लगा उसे दुकान का मिला सू यूट्यूब से जी, इस करके कपड़ा खिंचे मैं। हाँ जी, तुम कितना जी? किस तरह तुम पता लगे कि उसे एक दुकान है कि जितने दे जी कदों का तुम रेट वधिया लगे इस पर? तुम लगता कि इतों तू कलैक्शन हो जाएगी जी करना आए हो? हाँ जी। ਰੇਟ ਦਾ ਤੁਹਾਨੂੰ ਕੁਝ ਕਨਫਰਮ ਹੈ? ਹਾਂਜੀ, ਰੇਟ ਸਾਨੂੰ ਦੇਖ ਕੇ ਵਧੀਆ ਲੱਗਾ ਤਾਂ ਕਰਕੇ। ਫਿਰ ਜਦੋਂ ਕਰੋਨਾ ਦਾ ਦੌਰ ਚੱਲਿਆ ਸੀਗਾ, ਉਸ ਤੋਂ ਬਾਅਦ ਲੋਕਡਾਊਨ ਕੁਛ ਔਡ ਈਵਨ ਚੱਲਿਆ, ਦੁਕਾਨਾਂ ਬੰਦ ਰਹਿਣਗੀਆਂ ਖੁੱਲ੍ਹਣਗੀਆਂ, ਉਸ ਦੌਰ 'ਚ ਥੋੜ੍ਹਾ ਕਸਟਮਰ ਘੱਟ ਸੀਗਾ। ਬਟ ਜੇ ਗੱਲ ਕਰੀਏ ਕਰਵਾ ਚੌਥ ਦੀ, ਹੁਣ ਬਾਜ਼ਾਰ ਦੇ ਵਿੱਚ ਪੂਰੀ ਚਹਿਲ ਪਹਿਲ ਹੈ ਅਤੇ ਸਾਡੇ ਮਾਰਕੀਟ ਨਾਲ ਔਲਰੇਡੀ ਰੇਟ ਬਹੁਤ ਘੱਟ ਆ। ਸਾਡੇ ਉਸ ਟਾਈਮ ਵੀ ਬਹੁਤ ਅੱਛਾ ਕਸਟਮਰ ਸੀਗਾ, ਲੋਕਾਂ ਨੇ ਪਿਆਰ ਅਤੇ ਆਸ਼ੀਰਵਾਦ ਬਹੁਤ ਦਿੱਤਾ ਅਤੇ ਉਹਦੇ ਅਕੋਰਡਿੰਗ ਅਸੀਂ ਤਾਂ ਵਧੀਆ ਚੱਲ ਰਹੇ ਹਾਂ। ਬਾਕੀ ਬਾਜ਼ਾਰ ਦੇ ਵਿੱਚ ਬਹੁਤ ਚਹਿਲ ਪਹਿਲ ਆ, ਬਹੁਤ ਰੌਣਕ ਮੇਲਾ ਵਾ ਅਤੇ ਫੈਸਟੀਵਲ ਦਾ ਸੀਜ਼ਨ ਚੱਲ ਰਿਹਾ ਵਾ। ਐਕਚੁਅਲੀ ਇੱਦਾਂ ਨਾ, ਜਦੋਂ ਫੈਂਸੀ ਕਲੈਕਸ਼ਨ ਲੋਕਾਂ ਦੇ ਵਿੱਚ ਇੱਕ ਫੈਂਸੀ ਕਲੈਕਸ਼ਨ ਆਪਣੇ ਆਪ 'ਚ ਇੱਕ ਬ੍ਰਾਂਡ ਬਣ ਗਿਆ ਅਤੇ ਲੋਕਾਂ ਨੇ ਕੀ ਕੀਤਾ ਕਿ ਆਪਣੀ ਦੁਕਾਨ ਦਾ ਨਾਮ ਚੇਂਜ ਕਰਕੇ ਨਵੇਂ ਬੋਰਡ ਲਵਾਲੇ ਫੈਂਸੀ ਕਲੈਕਸ਼ਨ ਦੇ। ਅਤੇ ਮੇਰੀ ਸੋਚ ਇਹ ਸੀ ਜੇ ਮੈਂ ਨਵਾਂ ਬੋਰਡ ਲਵਾਊਂਗਾ ਕਸਟਮਰ ਦੇ ਵਿੱਚ ਮਿਸਅੰਡਰਸਟੈਂਡਿੰਗ ਰਹੂੰਗੀ ਅਸਲੀ ਫੈਂਸੀ ਕਿਹੜੀ ਆ। ਹੁਣ ਮੈਂ ਹਰੇਕ ਵਾਰੀ ਕਸਟਮਰ ਨੂੰ ਇਹ ਕਹਿੰਦਾ ਜਿਹੜੀ ਫਟੇ ਦੇ ਪੁਰਾਣੇ ਬੋਰਡ ਵਾਲੀ ਘੱਸੇ ਦੇ ਪੁਰਾਣੇ ਬੋਰਡ ਵਾਲੀ ਜਿਹੜੀ ਸ਼ੋਪ ਆ ਉਹ ਅਸਲੀ ਫੈਂਸੀ ਹੈ, ਜਿਹੜੀ ਨਕਲੀ ਬੋਰਡ ਲੱਗੇ ਆ ਉਹ ਅਸਲੀ ਫੈਂਸੀ। ਕਸ਼ ਤਾਂ ਸਾਡੇ ਪਹਿਲਾਂ ਹੀ ਜ਼ਿਆਦਾ ਰਹਿੰਦਾ ਸੀਗਾ, ਕੁਛ ਲੋਕਾਂ ਨੇ ਵੀ ਬਹੁਤ ਆਸ਼ੀਰਵਾਦ ਅਤੇ ਪਿਆਰ ਦਿੱਤਾ ਕਿ ਫੈਂਸੀ ਵਾਲਾ ਇਹਦੇ ਰੇਟ ਬਹੁਤ ਘੱਟ ਆ, ਉਹ ਡੀਲਿੰਗ ਅੱਛੀ ਕਰ। ਹੁਣ ਇਹ ਨਹੀਂ ਦੇਖੋ ਤੁਹਾਡੇ ਸਾਹਮਣੇ ਕਸਟਮਰ ਦੀ ਆਓ ਭਗਤ ਕਿੱਦਾਂ ਹੋ ਰਹੀ, ਇਹ ਵੀ ਆਏ, ਇਹਨਾਂ ਨੂੰ ਵੀ ਆਉਂਦੇ ਆ, ਪਹਿਲਾਂ ਇਹ ਪੁੱਛਿਆ ਚਾਹ ਠੰਡਾ। ਇਹ ਨਹੀਂ ਕਿ ਕਸਟਮਰ ਲੈਵੇ ਨਾ ਲਵੇ, ਬੇਸ਼ੱਕ ਕੁਛ ਨਾ ਲਵੇ, ਸਾਡੀ ਦੁਕਾਨ 'ਤੇ ਆਉਂਦਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ। ਕਸਟਮਰ ਚੱਲ ਕੇ ਆਇਆ ਕੋਈ ਦੂਰੋਂ ਦੂਰੋਂ, ਕੋਈ ਮੋਗੇ ਤੋਂ, ਕੋਈ ਹਰਿਆਣੇ ਤੋਂ, ਹਿਮਾਚਲ ਤੋਂ, ਬਠਿੰਡੇ ਤੋਂ, ਅਲੱਗ ਅਲੱਗ ਸਟੇਟਾਂ ਤੋਂ ਕਸਟਮਰ ਆ ਰਹੇ ਆ ਇੰਨੀ ਦੂਰੋਂ ਦੂਰੋਂ। ਕਸਟਮਰ ਵੀ ਥਕਾਵਟ 'ਚ ਹੁੰਦਾ, ਪਹਿਲਾਂ ਸਾਡਾ ਫਰਜ਼ ਬਣਦਾ ਚਾਹ ਪਾਣੀ ਠੰਡਾ ਪੁੱਛਣਾ ਉਹਨਾਂ ਦਾ, ਹੈ ਨਾ, ਉਹ ਲਵੇ ਚਾਹੇ ਨਾ ਲਵੇ ਬਾਅਦ ਦੀ ਗੱਲ। ਵੈਸੇ ਅੱਜ ਤੱਕ ਇੱਦਾਂ ਹੋਇਆ ਨਹੀਂ ਕਿ ਸਾਡੇ ਰੇਟ 'ਤੇ ਡੀਲਿੰਗ ਦੇ ਕੇ ਕਸਟਮਰ ਖਾਲੀ ਗਿਆ ਹੋਵੇ, ਅੱਜ ਤੱਕ ਸਾਡੇ ਨਾਲ ਗੱਲ ਨਹੀਂ ਆਇਆ। ਉਹਦਾ ਰੀਜ਼ਨ ਇਹ, ਸਾਡੇ ਪ੍ਰਾਈਜ਼ ਵੀ ਬਹੁਤ ਘੱਟ ਨੇ ਅਤੇ ਸਾਡੀ ਕੁਆਲਿਟੀ ਵੀ ਬਹੁਤ ਵਧੀਆ।